Advocate Dr. Ravi Mahajan, Department of Plastic, Reconstructive and Aesthetic Surgery ਦੇ ਚੇਅਰਮੈਨ ਦੇ ਰੂਪ ਵਿੱਚ ਕੰਮ ਕਰ ਰਹੇ ਹਨ ਅਤੇ ਪਿਛਲੇ 25 ਸਾਲਾਂ ਤੋਂ ਦਾ ਐਸੋਸੀਏਸ਼ਨ ਆਫ ਪਲਾਸਟਿਕ ਸਰਜਨਸ ਆਫ ਇੰਡੀਆ ਨਾਲ ਜੁੜੇ ਹਨ ਡਾਕਟਰ ਰਵੀ ਮਹਾਜਨ ਭੁਵਨੇਸ਼ਵਰ ਵਿਖੇ ਹੋਈ ਦਾ ਐਸੋਸੀਏਸ਼ਨ ਆਫ ਪਲਾਸਟਿਕ ਸਰਜਨਸ ਦੀ ਸਲਾਨਾ ਕਾਨਫਰੰਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਇੱਥੇ ਵਰਣਨਯੋਗ ਹੈ ਕਿ ਡਾਕਟਰ ਰਵੀ ਮਹਾਜਨ ਅਮਨਦੀਪ ਹਸਪਤਾਲ ਵਿਖੇ ਆਪਣੀਆਂ ਬਿਹਤਰ ਸੇਵਾਵਾਂ ਦੇ ਰਹੇ ਹਨ ਇਸ ਮੌਕੇ ਤੇ ਡਾਕਟਰ ਅਵਤਾਰ ਸਿੰਘ ਅਤੇ ਡਾਕਟਰ ਅਮਨਦੀਪ ਕੌਰ ਨੇ ਆਖਿਆ ਕਿ ਡਾਕਟਰ ਰਵੀ ਮਹਾਜਨ ਦਾ ਪ੍ਰਧਾਨ ਚੁਣੇ ਜਾਣਾ ਅੰਮ੍ਰਿਤਸਰ ਅਤੇ ਅਮਨਦੀਪ ਗਰੁੱਪ ਲਈ ਬੜੇ ਗੌਰਵ ਤੇ ਸਨਮਾਨ ਦੀ ਗੱਲ ਹੈ ਕਿਉਂਕਿ ਕਾਮ ਧਾਰਨਾ ਜਿਹੜੀ ਲੋਕਾਂ 'ਚ ਰਹਿੰਦੀ ਹੈ ਵੀ ਇਹ ਸਿਰਫ ਸ਼ਾਇਦ ਬਿਊਟੀਫਿਕੇਸ਼ਨ ਦਾ ਹੀ ਕੰਮ ਹੈ ਸੋ ਉਹ ਨਹੀਂ ਹੈ ਪਲਾਸਟਿਕ ਸਰਜਨਸ ਦਾ ਬੜਾ ਇੰਪੋਰਟੈਂਟ ਰੋਲ ਹੈ ਚਾਹੇ ਉਹ ਟਰੋਮਾ ਦੇ ਕੇਸਿਸ ਹੋਣ ਐਕਸੀਡੈਂਟ ਕੇਸਿਸ ਹੋਣ ਚਾਹੇ ਉਹ ਕੈਂਸਰ ਹੋਵੇ ਚਾਹੇ ਉਹ ਬਰਨਸ ਹੋਣ ਅਤੇ ਚਾਹੇ ਉਹ ਕਾਸਮੈਟਿਕ ਸਰਜਰੀ ਹੋਵੇ ਸੋ ਲੋਕਾਂ ਨੂੰ ਇਹ ਦੱਸਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਡੈਫੀਨੇਟਲੀ ਫੀਲ ਪ੍ਰਾਊਡ ਟੂ ਬੀ ਰਿਪ੍ਰਜੈਂਟਿੰਗ ਦੀ ਸਿਟੀ ਆਫ ਅੰਮ੍ਰਿਤਸਰ ਐਟ ਦੈਟ ਲੈਵਲ ਐਂਡ ਅਵਰ ਓਨ ਹੋਸਪਿਟਲ ਸੋ ਆਈ ਰੀਅਲੀ ਫੀਲ ਪ੍ਰਾਊਡ ਆਫ ਦਿਸ ਸੋ ਪਰਮਾਤਮਾ ਵੱਲੋਂ ਮੈਨੂੰ ਹੁਕਮ ਹੋਇਆ ਕਿ ਤੁਹਾਡਾ ਦੋਸਤ ਇੰਨਾ ਵੱਡਾ ਕੱਟੇ ਹੋਏ ਅੰਗ ਜੋੜਨ ਵਾਲਾ ਡਾਕਟਰ ਹੈ ਉਹ ਰੋਹਤਕ ਮੈਡੀਕਲ ਕਾਲਜ 'ਚ ਕੰਮ ਕਰ ਰਹੇ ਨੇ ਅਤੇ ਉਹਨਾਂ ਨੂੰ ਇਸ ਗੁਰੂਆਂ ਦੀ ਨਗਰੀ ਦੇ ਵਿੱਚ ਤੁਸੀਂ ਬੇਨਤੀ ਕਰੋ ਕਿ ਉਹ ਆਵੇ ਇੰਨੇ ਮੰਥ ਇਹ ਇਹਨਾਂ ਨੇ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਲ ਜੁਆਇਨ ਕੀਤਾ ਔਰ ਉਦੋਂ ਦਾ ਜਿਹੜੇ ਕੱਟੇ ਹੋਏ ਅੰਗ ਨੇ ਜਾਂ ਕੁਚਲੇ ਹੋਏ ਅੰਗ ਹੈ ਉਹਨਾਂ ਨੂੰ ਬਚਾਉਣ ਦਾ ਜਿਹੜਾ ਉਹ ਬੀੜਾ ਇਹਨਾਂ ਨੇ ਚੁੱਕਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤਾਂ ਇਹ ਹੁੰਦਾ ਕਿ ਕੱਟੇ ਹੋਏ ਅੰਗਾਂ ਨੂੰ ਜੋੜਨਾ ਔਰ ਦੂਸਰਾ ਇਹ ਹੁੰਦਾ ਕਿ ਫਿਰ ਉਹਨਾਂ ਨੂੰ ਰੀਹੈਬਿਲੀਟੇਟ ਕਰਨਾ ਉਹ ਵੀ ਬਹੁਤ ਅੱਛੀ ਤਰ੍ਹਾਂ ਉਹਨਾਂ ਦੀ ਰੀਹੈਬਿਲੀਟੇਸ਼ਨ ਹੁੰਦੀ ਹੈ ਫਿਰ ਜਿਹੜੀ ਇੰਪੋਰਟੈਂਟ ਗੱਲ ਹੁੰਦੀ ਹੈ ਨਾ ਕੋਈ ਵੀ ਡਿਪਾਰਟਮੈਂਟ ਕੋਈ ਵੀ ਸਰਵਿਸ ਇੱਕ ਬੰਦੇ ਦੇ ਸਿਰ 'ਤੇ ਨਹੀਂ ਚੱਲ ਸਕਦੀ ਸੋ ਡਾਕਟਰ ਸਾਹਿਬ ਨੇ ਆਪਣਾ ਇੱਕ ਮਾਈਕਰੋਵੈਸਕੁਲਰ ਸਰਜਰੀ ਦਾ ਪੂਰਾ ਡਿਪਾਰਟਮੈਂਟ ਅਸਟੈਬਲਿਸ਼ ਕੀਤਾ ਅੱਜ ਤੱਕ 28 ਡਾਕਟਰਸ ਨੂੰ ਇਹਨਾਂ ਨੇ ਮਾਈਕਰੋਵੈਸਕੁਲਰ ਸਰਜਰੀ ਦੀ ਟ੍ਰੇਨਿੰਗ ਦਿੱਤੀ ਔਰ ਹੁਣ ਇਹਨਾਂ ਦਾ ਜਿਹੜਾ ਲੇਟੈਸਟ ਧਿਆਨ ਹੈਗਾ ਨਾ ਉਹ ਹੈਗਾ ਕਿ ਜਿਹੜੇ ਜਲੇ ਹੋਏ ਮਰੀਜ਼ ਹੈ ਨਾ ਜਿਹੜੇ 100% ਜਾਂ 90% ਜਿਨ੍ਹਾਂ ਨੂੰ ਬਰਨ ਹੋ ਜਾਂਦੇ ਆ ਉਹਨਾਂ 'ਚੋਂ ਬਹੁਤੇ ਮਰੀਜ਼ ਮਰ ਜਾਂਦੇ ਆ ਸੋ ਡਾਕਟਰ ਸਾਹਿਬ ਨੇ ਪਿੱਛੇ ਜੇ ਮੇਰੇ ਨਾਲ ਗੱਲ ਕੀਤੀ ਸੀ ਕਿ ਸ਼ਹਿਰ ਦੇ ਵਿੱਚ ਇੱਕ ਸਕਿਨ ਬੈਂਕ ਚਾਹੀਦਾ ਤੁਸੀਂ ਹੈਰਾਨ ਹੋਵੋਗੇ ਕਿ ਸਕਿਨ ਦਾ ਵੀ ਕੋਈ ਬੈਂਕ ਹੁੰਦਾ ਡੈਫੀਨੇਟਲੀ ਸਕਿਨ ਬੈਂਕ ਹੁੰਦਾ ਜਿਹਦੇ ਵਿੱਚ ਅਸੀਂ ਡੈਡ ਬੋਡੀਜ਼ ਤੋਂ ਸਕਿਨ ਜਿਹੜੀ ਹੈ ਨਾ ਉਹ ਉਤਾਰ ਲਈ ਜਾਂਦੀ ਹੈ ਉਹਨਾਂ ਦੀ ਕੰਸੈਂਟ ਦੇ ਨਾਲ ਉਹਨਾਂ ਦੇ ਘਰਦਿਆਂ ਦੀ ਕੰਸੈਂਟ ਦੇ ਨਾਲ ਜਾਂ ਜਿਹੜੇ ਅੰਗ ਕੱਟੇ ਹੋਏ ਆਉਂਦੇ ਨੇ ਖਰਾਬ ਹੋ ਜਾਂਦੇ ਨੇ ਉਹਨਾਂ ਦੀ ਵੀ ਸਕਿਨ ਉਤਾਰ ਕੇ ਨਾ ਜੀ ਉਹ ਸਕਿਨ ਬੈਂਕ ਦੇ ਵਿੱਚ ਸਟੋਰ ਕਰ ਸਕਦੇ ਹਾਂ ਔਰ ਜਦੋਂ ਕੋਈ ਜਲਿਆ ਹੋਇਆ ਮਰੀਜ਼ ਬਰਨ ਵਾਲਾ ਮਰੀਜ਼ ਅੰਮ੍ਰਿਤਸਰ ਇੱਥੇ ਆਏਗਾ ਉਹ ਜਿਹੜੀ ਬੈਂਕ 'ਚੋਂ ਸਕਿਨ ਹੈ ਨਾ ਉਹ ਸਕਿਨ ਉਹਨਾਂ ਮਰੀਜ਼ਾਂ ਦੇ ਉੱਤੇ ਲਾ ਦਿੰਦੀ ਸੋ ਉਹ 3 ਹਫ਼ਤੇ ਲੱਗੀ ਰਹਿੰਦੀ ਆ ਉਹਦੇ ਨਾਲ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਉਹ ਬਚ ਜਾਂਦੀਆਂ ਅਸੀਂ ਰੋਟਰੀ ਕਲੱਬ ਨੂੰ ਰਿਕੁਐਸਟ ਕੀਤੀ ਸੀ ਔਰ ਉਹਨਾਂ ਨੇ ਸਾਡੀ ਇਹ ਰਿਕੁਐਸਟ ਮੰਨ ਲਈ ਹੈ ਅਤੇ ਉਹ ਅਸੀਂ ਉਹਨਾਂ ਦੀ ਕੋਲੈਬੋਰੇਸ਼ਨ ਦੇ ਨਾਲ ਹੁਣ ਇੱਥੇ ਮਹਾਜਨ ਸਾਹਿਬ ਦੇ ਅੰਡਰ ਸਕਿਨ ਬੈਂਕ ਜਿਹੜਾ ਨਾ ਉਹ ਅਸਟੈਬਲਿਸ਼ ਕਰਾਂਗੇ ਉਹ ਸਾਡੇ ਸ਼ਹਿਰ ਨੂੰ ਬਹੁਤ ਵੱਡੀ ਸੇਵਾ ਜਿਹੜੀ ਆ ਉਹ ਹੋਏਗੀ ਮਹਾਜਨ ਸਾਹਿਬ ਵੱਲੋਂ ਇਹ ਮਾਣ ਡਾਕਟਰ ਮਹਾਜਨ ਦਾ ਨਹੀਂ ਸਾਡਾ ਸਾਰਿਆਂ ਦਾ ਮਾਣ ਹੈ ਇਸ ਉਪਲਬਧੀ ਨਾਲ ਸਾਡਾ ਸਾਰਿਆਂ ਦਾ ਸਿਰ ਬਹੁਤ ਉੱਚਾ ਹੈ ਕਿ ਸਾਡਾ ਭਰਾ ਸਾਡੇ ਸ਼ਹਿਰ ਨੂੰ ਸਾਡੇ ਹਸਪਤਾਲ ਨੂੰ ਨੈਸ਼ਨਲ ਮੈਪ 'ਤੇ ਬੜੇ ਉੱਚੇ ਲੈਵਲ 'ਤੇ ਲੈ ਆਏ